ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਹਾਂ ਪਰਮਿੰਦਰ ਕੌਰ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਤੇ ਦਿੱਲੀ ਐਲਾਨਨਾਮੇ ਨੂੰ ਅਪਣਾਉਣ ਦੀ ਘੋਸ਼ਣਾ ਕੀਤੀ। ਕਿਹਾ, ਭਾਰਤ ਦੇ ਹਵਾਬਾਜ਼ੀ ਖੇਤਰ 'ਚ ਸ਼ਾਨਦਾਰ ਤਬਦੀਲੀ ਦੇ ਚਲਦੇ ਕਨੈਕਟੀਵਿਟੀ ਨਾਲ ਯਾਤਰਾ ਸੁਖਾਲੀ ਹੋਈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਨੁਸਾਰ ਚੀਨ ਨਾਲ 75% ਵਿਵਾਦਾਂ ਦਾ ਹੱਲ ਕੱਢ ਲਿਆ ਗਿਆ। ਭਾਰਤ ਅਤੇ ਚੀਨ ਕੰਟਰੋਲ ਰੇਖਾ ਤੇ ਬਾਕੀ ਬਚੇ ਖੇਤਰ ਤੋਂ ਪੂਰੀ ਤਰ੍ਹਾਂ ਨਾਲ ਹਟਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਹੋਏ ਸਹਿਮਤ। ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਵਿਸ਼ੇਸ਼ ਸਵੱਛਤਾ ਮੁਹਿੰਮ ਦੇ ਚੌਥੇ ਪੜਾਅ ਦੀ ਪ੍ਰਗਤੀ ਦੀ ਨਜ਼ਰਸਾਨੀ ਲਈ ਸਮਰਪਿਤ ਆਨਲਾਈਨ ਪੋਰਟਲ ਲਾਂਚ ਕਰਨਗੇ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ NIA ਵੱਲੋਂ ਛਾਪੇਮਾਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੈਰਾਓਲੰਪਿਕ ਖਿਡਾਰੀਆਂ ਨੇ ਕੀਤੀਆਂ ਮਨ ਦੀਆਂ ਗੱਲਾਂ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਹਵਾਬਾਜ਼ੀ ਖੇਤਰ 'ਚ ਸ਼ਾਨਦਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਵੱਧਦੀ ਕਨੈਕਟੀਵਿਟੀ ਨਾਲ ਯਾਤਰਾ ਸੁਖਾਲੀ ਹੋ ਗਈ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ਹਿਰੀ ਹਵਾਬਾਜ਼ੀ ਬਾਰੇ ਦੂਜੇ ਏਸ਼ੀਆ ਪ੍ਰਸ਼ਾਂਤ ਮੰਤਰੀ ਪੱਧਰੀ ਸੰਮੇਲਨ 'ਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੈਂਬਰ ਦੇਸ਼ਾਂ ਵੱਲੋਂ ਦਿੱਲੀ ਐਲਾਨਨਾਮੇ ਨੂੰ ਅਪਣਾਏ ਜਾਣ ਦੀ ਸ਼ਲਾਘਾ ਕੀਤੀ। ਦਿੱਲੀ ਘੋਸ਼ਣਾ ਪੱਤਰ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਹਵਾਬਾਜ਼ੀ ਸਨਅਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਇੱਕ ਖਾਕਾ ਹੈ। ਮੈਂ ਮੰਨਦਾ ਹਾਂ ਕਿ ਇੱਕ ਪ੍ਰਕਾਰ ਦੇ ਹਾਂ ਸਿਵਲ ਐਵੀਏਸ਼ਨ ਸੈਕਟਰ ਕੇ ਜੋ ਬ੍ਰਾਈਟੈਸਟ ਮਾਈਂਡਸ ਹੈ वो हमारे बीच में है। ये हम सभी के कमिटमेंट और एशिया पैसिफिक रीजन के पोटेंशियल दोनों का रिफ्लेक्शन है। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਨਵੀਂ ਦਿੱਲੀ 'ਚ ਦੂਜੀ ਏਸ਼ੀਆ ਪ੍ਰਸ਼ਾਂਤ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ ਕੀਤਾ ਸੀ। ਨਾਇਡੂ ਨੂੰ ਇਸ ਕਾਨਫਰੰਸ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਨੇ ਸਾਲ 2035 ਤੱਕ ਹਰ ਸਾਲ 3.5 ਅਰਬ ਯਾਤਰੀਆਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਏਸ਼ੀਆ ਪ੍ਰਸ਼ਾਂਤ ਹਵਾਬਾਜ਼ੀ ਬੁਨਿਆਦੀ ਢਾਂਚੇ 'ਚ ਰਣਨੀਤਿਕ ਪੂੰਜੀਕਾਰੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਟੀਚਾ ਸਾਲ 2025 ਤੱਕ ਹਵਾਬਾਜ਼ੀ ਕਾਰਜਬਲ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ 25% ਤੱਕ ਵਧਾਉਣਾ ਹੈ। ਸਿਵਲ ਏਵੀਏਸ਼ਨ ਸੈਕਟਰ ਗਲੋਬਲੀ as we head towards adopting the Delhi Declaration, which sets the roadmap for building a coherent and sustainable aviation ecosystem. It is my honor and privilege to extend our deepest gratitude to the Honorable Prime Minister of India, whose esteemed presence today endorses India's commitment to collaborative and integrated civil aviation. ਚੀਨ ਦੇ ਨਾਲ ਸਰਹੱਦੀ ਗੱਲਬਾਤ ਹੋਈ ਪ੍ਰਗਤੀ ਨੂੰ ਉਜਾਗਰ ਕਰਦਿਆਂ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਬੀਜਿੰਗ ਨਾਲ 75% ਵਿਵਾਦਾਂ ਦਾ ਹੱਲ ਕੱਢ ਲਿਆ ਗਿਆ। ਹਾਲਾਂਕਿ ਦੋਵੇਂ ਦੇਸ਼ਾਂ ਨੇ ਅਜੇ ਵੀ ਕੁਝ ਕੰਮ ਕਰਨੇ ਨੇ। ਸਵਿਟਜ਼ਰਲੈਂਡ ਦੇ ਜਨੇਵਾ ਵਿਖੇ ਗੱਲਬਾਤ ਦੌਰਾਨ ਜੈਸ਼ੰਕਰ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਕਿਸ ਤਰ੍ਹਾਂ ਨਾਲ ਭਾਰਤ ਅਤੇ ਚੀਨ ਦਾ ਗੁਜ਼ਰੇ ਸਮੇਂ 'ਚ ਕਦੇ ਵੀ ਆਸਾਨ ਰਿਸ਼ਤਾ ਨਹੀਂ ਸੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦ ਦਾ ਵੱਧਦਾ ਫੌਜੀਕਰਨ ਸਭ ਤੋਂ ਵੱਡਾ ਮੁੱਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਹੱਦ ਤੇ ਹਿੰਸਾ ਹੋਣ ਤੋਂ ਬਾਅਦ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਾਕੀ ਦੇ ਸੰਬੰਧ ਇਸ ਤੋਂ ਸੁਰੱਖਿਅਤ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੂਨ 2020 ਦੀਆਂ ਗਲਵਾਨ ਘਾਟੀ ਝੜਪਾਂ ਨੇ ਭਾਰਤ ਚੀਨ ਸੰਬੰਧਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਭਾਰਤ ਚੀਨ ਕੰਟਰੋਲ ਰੇਖਾ ਤੇ ਬਾਕੀ ਬਚੇ ਖੇਤਰ ਤੋਂ ਪੂਰੀ ਤਰ੍ਹਾਂ ਨਾਲ ਹਟਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਅਤੇ ਇਸ ਦੀ ਜ਼ਰੂਰਤ ਤੇ ਕੰਮ ਕਰਨ ਲਈ ਸਹਿਮਤ ਹੋ ਗਏ ਨੇ। ਇਹ ਸਹਿਮਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੇ ਮੈਂਬਰ ਅਤੇ ਕੇਂਦਰੀ ਵਿਦੇਸ਼ ਮਾਮਲਿਆਂ ਦੇ ਕਮਿਸ਼ਨ ਦੇ ਡਾਇਰੈਕਟਰ ਵਾਂਗ ਜ਼ੀ ਦਰਮਿਆਨ ਰੂਸ ਦੇ ਸੇਂਟ ਪੀਟਰਬਰਗ ਵਿੱਚ ਬਣੀ। ਇਹ ਮੀਟਿੰਗ ਸੁਰੱਖਿਆ ਮਾਮਲਿਆਂ ਲਈ ਜ਼ਿੰਮੇਵਾਰ ਬ੍ਰਿਕਸ ਦੇ ਉੱਚ ਪੱਧਰ ਦੇ ਅਧਿਕਾਰੀਆਂ ਤੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇੱਕ ਪਾਸੇ ਹੋਈ ਸੀ। ਮੁਲਾਕਾਤ ਦੌਰਾਨ ਅਜੀਤ ਡੋਭਾਲ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਅਸਲ ਕੰਟਰੋਲ ਰੇਖਾ ਦਾ ਸਤਿਕਾਰ ਦੁਵੱਲੇ ਸੰਬੰਧਾਂ ਨੂੰ ਆਮ ਵਾਂਗ ਬਣਾਉਣ ਲਈ ਜ਼ਰੂਰੀ ਹੈ। ਦੋਵੇਂ ਧਿਰਾਂ ਨੂੰ ਦੋਵੇਂ ਸਰਕਾਰਾਂ ਵੱਲੋਂ ਕੀਤੇ ਗਏ ਦੁਵੱਲੇ ਪੁਰਾਣੇ ਸਮਝੌਤਿਆਂ ਪ੍ਰੋਟੋਕਾਲ ਅਤੇ ਆਪਸੀ ਸਮਝ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ ਤੇ ਸਹਿਮਤ ਨੇ, ਭਾਰਤ ਚੀਨ ਦੁਵੱਲੇ ਸੰਬੰਧ ਨਾ ਸਿਰਫ ਦੋਹਾਂ ਦੇਸ਼ਾਂ ਲਈ ਸਗੋਂ ਪੂਰੇ ਖੇਤਰ ਅਤੇ ਦੁਨੀਆਂ ਲਈ ਵੀ ਮਹੱਤਵਪੂਰਨ ਨੇ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਵਿਸ਼ੇਸ਼ ਸਵੱਛਤਾ ਮੁਹਿੰਮ ਦੇ ਚੌਥੇ ਪੜਾਅ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਇੱਕ ਸਮਰਪਿਤ ਆਨਲਾਈਨ ਪੋਰਟਲ ਲਾਂਚ ਕਰਨਗੇ। ਇਸ ਵਿਸ਼ੇਸ਼ ਮੁਹਿੰਮ ਦਾ ਮੰਤਵ ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ 'ਚ ਸਵੱਛਤਾ ਨੂੰ ਸੰਪੂਰਨ ਪਹੁੰਚ ਨਾਲ ਸਥਾਪਿਤ ਕਰਨਾ ਹੈ। ਸਰਕਾਰ ਨੇ 2 ਤੋਂ 31 ਅਕਤੂਬਰ ਤੱਕ ਸਵੱਛਤਾ ਨੂੰ ਸਥਾਪਿਤ ਕਰਨ ਅਤੇ ਅਸਥਿਰਤਾ ਦੀ ਸਥਿਤੀ ਨੂੰ ਘੱਟ ਕਰਨ ਦੀ ਸੋਚ ਨਾਲ ਹਰ ਸਾਲ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਵਿਸ਼ੇਸ਼ ਮੁਹਿੰਮ ਦੇ ਚੌਥੇ ਗੇੜ ਤੋਂ ਪਹਿਲਾਂ 16 ਤੋਂ 30 ਸਤੰਬਰ ਤੱਕ ਇਸ ਮੁਹਿੰਮ ਦਾ ਸ਼ੁਰੂਆਤੀ ਪੜਾਅ ਚਲਾਇਆ ਜਾਵੇਗਾ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਨ ਵਿਖੇ ਅੱਜ ਤੜਕਸਾਰ ਤਕਰੀਬਨ 5:30 ਵਜੇ NIA ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੱਲੋਂ ਪਿੰਡ ਕੋਟਲੀ ਦੇ ਜੰਪਲ ਗੁਰਮੁਖ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ। NIA ਦੀ ਟੀਮ 'ਚ SP ਪੱਧਰ ਦੇ ਅਧਿਕਾਰੀ ਸ਼ਾਮਿਲ ਨੇ। ਦਿੱਲੀ ਤੋਂ IS ਟੀਮ ਦੇ ਨਾਲ ਗੁਰਦਾਸਪੁਰ ਤੋਂ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ। ਖਾਲਿਸਤਾਨ ਸਮਰਥਨ ਅਤੇ ਉਹਨਾਂ ਦੀ ਵਿਦੇਸ਼ੀ ਫੰਡਿੰਗ ਦੇ ਚਲਦੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਵੱਲੋਂ ਮੋਗਾ ਅਤੇ ਅੰਮ੍ਰਿਤਸਰ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਯੋਗ ਨਿਪਟਾਰੇ ਲਈ ਸਮੂਹ ਕਿਸਾਨਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਹਨਾਂ ਪੰਜਾਬ ਸਰਕਾਰ ਵੱਲੋਂ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਦਾ ਯੋਗ ਇਸਤੇਮਾਲ ਕਰਨ ਦੀ ਹਦਾਇਤ ਵੀ ਦਿੱਤੀ। ਬਟਾਲਾ ਤੋਂ ਤਹਿਸੀਲ ਦੇ ਪਿੰਡਾਂ ਚੌਧਰੀਵਾਲ, ਐਨੋਕੋਟ ਅਤੇ ਬੱਦੋਵਾਲ ਵਿਖੇ ਪਿਛਲੇ ਸਾਲ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਕੋਲੋਂ ਅੱਗ ਲਗਾਉਣ ਦੇ ਕਾਰਨਾਂ ਦੀ ਜਾਣਕਾਰੀ ਲਈ ਗਈ। ਕਿਸਾਨਾਂ ਨੇ ਦੱਸਿਆ ਕਿ ਸਹਿਕਾਰੀ ਸੁਸਾਇਟੀ ਅਤੇ ਖੇਤੀ ਮਸ਼ੀਨਰੀ ਦੇ ਸਾਧਨ ਮੁਹੱਈਆ ਹੋ ਜਾਣ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਇੱਥੇ ਆਉਣ ਦਾ ਮਕਸਦ ਇਹੀ ਹੈ ਕਿ ਕਿਸਾਨਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਜਾਣ। ਉਹਨਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਨੂੰ ਸੁਪਰ ਸੀਡਰ, ਪੇਲਰ ਸਮੇਤ ਲੋੜੀਂਦੇ ਖੇਤੀ ਸਾਧਨ ਮੁਹੱਈਆ ਕਰਵਾਏ ਜਾਣਗੇ। ਉਹਨਾਂ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਆਪਰੇਟਿਵ ਖੋਲ੍ਹਣ ਸੰਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਜੋ ਛੋਟੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਖਰੀਦਣ 'ਚ ਕੋਈ ਮੁਸ਼ਕਲ ਨਾ ਆਵੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ ਆਉਣ ਵਾਲੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਇੱਕ ਨਵਾਂ ਵਿਲੱਖਣ ਕਾਰਡ ਜਾਰੀ ਕੀਤਾ ਜਾਵੇਗਾ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਆਧਾਰ ਕਾਰਡ ਮੁਤਾਬਕ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਇਸ ਯੋਜਨਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਯੋਜਨਾ 1 ਹਫ਼ਤੇ ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਐਪਲੀਕੇਸ਼ਨ ਆਧਾਰਿਤ ਸਕੀਮ ਇਹ ਜਿਸ ਵਿੱਚ ਲੋਕਾਂ ਨੂੰ ਪੋਰਟਲ 'ਤੇ ਰਜਿਸਟਰਡ ਕਰਨਾ ਪਵੇਗਾ। ਪੋਰਟਲ 'ਤੇ ਚਿਹਰੇ ਦੀ ਪ੍ਰਮਾਣਿਕਤਾ ਦੀ ਸਹੂਲਤ ਉਪਲਬਧ ਹੋਵੇਗੀ ਜਿਸ 'ਚ 70 ਸਾਲ ਤੋਂ ਵੱਧ ਦੀ ਉਮਰ ਦੇ ਹਰ ਸੀਨੀਅਰ ਨਾਗਰਿਕ ਲਈ ਇੱਕ ਵਿਸ਼ੇਸ਼ ਲਿੰਕ ਉਪਲਬਧ ਕਰਵਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਪ੍ਰਾਈਵੇਟ ਬੀਮਾ ਧਾਰਕ ਅਤੇ ਈਐਸਆਈਸੀ ਲਾਭਪਾਤਰੀ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਨੇ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ। ਨਾਲ ਹੀ ਸੁਰੱਖਿਆ ਕੌਂਸਲ ਵਿੱਚ ਸੁਧਾਰ ਬਾਰੇ ਚਰਚਾ ਦੀ ਵੀ ਹਮਾਇਤ ਕੀਤੀ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਥਾਈ ਪ੍ਰਤੀਨਿਧ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਜਨਰਲ ਅਸੈਂਬਲੀ ਦੀ ਵੋਟ ਲਈ ਇੱਕ ਮਤੇ ਦਾ ਖਰੜਾ ਤਿਆਰ ਕਰਨ ਅਤੇ ਹੋਰਨਾਂ ਦੇਸ਼ਾਂ ਦੇ ਨਾਲ ਸੰਭਾਵਿਤ ਤੌਰ 'ਤੇ ਸੰਯੁਕਤ ਰਾਸ਼ਟਰ ਚਾਰਟਰ ਵਿੱਚ ਸੋਧ ਕਰਨ ਲਈ ਤਿਆਰ ਹੈ। ਅਮਰੀਕਾ ਨੇ ਭਾਰਤ, ਜਾਪਾਨ ਅਤੇ ਜਰਮਨੀ ਨੂੰ ਸੁਰੱਖਿਆ ਕੌਂਸਲ ਵਿੱਚ ਸਥਾਈ ਸੀਟਾਂ ਦੇਣ ਦਾ ਸਮਰਥਨ ਕੀਤਾ। ਸੁਧਾਰ ਪ੍ਰਕਿਰਿਆ ਨੂੰ ਕੁਝ ਦੇਸ਼ਾਂ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵੱਲੋਂ ਇਸ ਦਾ ਸਮਰਥਨ ਕਰਨ ਨਾਲ ਪ੍ਰਗਤੀ ਦੀ ਨਵੀਂ ਉਮੀਦ ਬਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਤੇ ਆਪਣੀ ਰਿਹਾਇਸ਼ ਵਿਖੇ ਪੈਰਾ ਓਲੰਪਿਕ ਦੇ ਭਾਰਤੀ ਪਦਮ ਵੀਰਾਂ ਨਾਲ ਮੁਲਾਕਾਤ ਕੀਤੀ। ਇਸ ਵਾਰ ਦੀਆਂ ਪੈਰਾ ਓਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਦਾ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਭਾਰਤ ਨੇ ਕੁੱਲ 29 ਮੈਡਲ ਜਿੱਤ ਕੇ ਪੈਰਿਸ ਪੈਰਾ ਓਲੰਪਿਕ 'ਚ ਦੇਸ਼ ਦਾ ਝੰਡਾ ਬੁਲੰਦ ਕੀਤਾ। ਇਸ ਗੱਲਬਾਤ ਦੌਰਾਨ ਖਿਡਾਰੀਆਂ, ਉਹਨਾਂ ਦੇ ਕੋਚਾਂ ਤੇ ਪਦਮ ਜੇਤੂਆਂ ਨੇ ਆਪਣੇ ਮਨ ਦੀਆਂ ਗੱਲਾਂ ਪ੍ਰਧਾਨ ਮੰਤਰੀ ਨਾਲ ਇੱਕ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਸਾਂਝੀਆਂ ਕੀਤੀਆਂ ਤੇ ਇਸ ਦੌਰਾਨ ਜਲੰਧਰ ਜੰਪਲ ਪਲਕ ਕੋਹਲੀ ਨੇ ਵੀ ਆਪਣੀਆਂ ਭਾਵਨਾਵਾਂ ਪ੍ਰਧਾਨ ਮੰਤਰੀ ਨਾਲ ਸਾਂਝੀਆਂ ਕੀਤੀਆਂ। ਸਰ, ਆਈ ਐਮ ਪਲਕ ਕੋਹਲੀ ਐਂਡ ਯੇ ਮੇਰਾ ਸੈਕਿੰਡ ਕੰਜ਼ੇਕਟਿਵ ਪੈਰਾਲੰਪਿਕਸ ਥਾ ਐਂਡ ਟੋਕਿਓ ਮੇ ਮੈਨੇ ਫੋਰਥ ਫਿਨਿਸ਼ ਕੀਆ ਥਾ ਐਂਡ ਯਹਾਂ ਪੇ ਮੈਨੇ ਫਿਫਥ ਫਿਨਿਸ਼ ਕੀਆ ਬਟ ਦੋਨੋ ਇਸ ਪੈਰਾਲੰਪਿਕਸ ਜਾਣੇ ਕਾ ਮੇਰਾ ਜਰਨੀ ਬਿਲਕੁਲ ਹੀ ਡਿਫਰੈਂਟ ਥਾ। ਮੇਕੋ ਆਫਟਰ ਟੋਕਿਓ ਪੈਰਾਲੰਪਿਕਸ 2022 ਮੇ ਸਰ ਬੋਨ ਟਿਊਮਰ ਹੋ ਗਿਆ ਥਾ ਔਰ ਸਟੇਜ 1 ਕੈਂਸਰ ਹੋ ਗਿਆ ਥਾ ਐਂਡ ਨੀਅਰ ਟੂ 1.5 ਈਅਰ ਮੈਨੇ ਕੋਈ ਵੀ ਕੰਪੀਟ ਨਹੀਂ ਕੀਆ, ਕੋਈ ਟੂਰਨਾਮੈਂਟ ਕੁਛ ਵੀ ਨਹੀਂ ਕੀਆ ਐਂਡ ਲਾਸਟ ਈਅਰ ਮੈਨੇ 2023 ਮੇ ਕਮ ਬੈਕ ਕੀਆ ਐਂਡ ਮੈਂ ਕਾਫੀ ਹੈਪੀ ਹਾਂ ਔਰ ਕਾਫੀ ਪ੍ਰਾਊਡ ਹਾਂ ਕਿ ਮੇਰੇ ਸਪੋਰਟਿੰਗ ਸਟਾਫ, ਮੇਰੇ ਕੋਚਿਸ ਗੌਰਵ ਸਰ ਕੇ ਸਪੋਰਟ ਔਰ ਗਾਈਡੈਂਸ ਕੇ ਕਾਰਨ ਮੈਂ ਕੁਆਲੀਫਾਈ ਕਰ ਪਾਈ ਪੈਰਿਸ ਕੇ ਲਿਏ ਐਂਡ ਮੇਰੇ ਬਹੁਤ ਸਾਰੇ ਮੇਜਰ ਟੂਰਨਾਮੈਂਟਸ ਆਫਟਰ ਟੋਕਿਓ ਛੂਟ ਗਏ ਥੇ, ਵਰਲਡ ਚੈਂਪੀਅਨਸ਼ਿਪਸ ਬਿਕੋਜ਼ ਮੇਰੇ ਕੋ ਵਾਕ ਓਵਰ ਦੇਣਾ ਪੜਾ, ਏਸ਼ੀਅਨ ਗੇਮਸ ਮੇ ਮੁਝੇ ਕੋਵਿਡ ਹੋ ਗਿਆ ਥਾ, ਇਸ ਈਅਰ ਮੈਨੇ ਵਰਲਡ ਚੈਂਪੀਅਨਸ਼ਿਪ ਕੁਆਲੀਫਾਈ ਕੀਆ ਔਰ ਮੈਨੇ ਬ੍ਰੋਂਜ਼ ਮੈਡਲ ਜੀਤਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆ ਰਹੇ UDDK ਜਲੰਧਰ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।